ਪਉ ਤੁਸੀਂ ਸੰਗਰੂਰ ਦੇ ਵਿੱਚ ਦੇਖ ਲਓ ਕਾਂਗਰਸ ਦੇ ਵਿੱਚ ਅੱਜ ਇੱਥੋਂ ਕੈਂਡੀਡੇਟ ਆ ਜਿਹੜਾ ਉਹ ਸੰਗਰੂਰ ਛੱਡੋ ਤੁਸੀਂ ਮਾਲਵੇ ਦਾ ਵੀ ਨਹੀਂ ਹੈ ਲਗਾਤਾਰ ਜਿਹੜਾ ਚੋਣ ਖਾੜਾ ਭੱਟਦਾ ਜਾ ਰਿਹਾ ਕਿਹੜੇ ਮੁੱਦਿਆਂ ਨੂੰ ਲੈ ਕੇ ਸੰਗਰੂਰ ਦੇ ਲੋਕਾਂ ਤੋਂ ਜਿਹੜੀ ਹੈਗੀ ਆਮ ਆਦਮੀ ਪਾਰਟੀ ਵੋਟਾਂ ਮੰਗ ਰਹੀ ਆ ਬਹੁਤ ਚੰਗਾ ਵਧੀਆ ਪੋਜ਼ਿਟਿਵ ਜਿਹੜਾ ਹੰਗਾਰਾ ਪਬਲਿਕ ਦੇ ਵੱਲੋਂ ਜਿਹੜਾ ਮਿਲ ਰਿਹਾ ਤੇ ਹਰ ਉਹ ਵਾਦੇ ਜਿਹੜੇ ਅਸੀਂ ਕੀਤੇ ਸੀਗੇ ਲੋਕਾਂ ਦੇ ਨਾਲ तकरीबन ਮੈਂ ਕਹਿ ਸਕਦੀ ਕਿ 90% ਵਾਦੇ ਅਸੀਂ ਜਿਹੜੇ ਪੂਰੇ ਕੀਤੇ ਆ ਔਰ ਪਹਿਲੇ 2 ਸਾਲ ਚ ਕੀਤੇ ਆ ਪਾਰਟੀ ਜਦੋਂ ਟਿਕਟਾਂ ਦੇ ਕੇ ਐਮਐਲਏ ਮੰਤਰੀ ਬਣਾ ਸਕਦੀ ਤਾਂ ਪਾਰਟੀ ਲੋਕ ਸਭਾ ਇਲੈਕਸ਼ਨ ਵੀ ਲੜਾ ਸਕਦੀ ਹੈ ਕੀ ਵਿਰੋਧੀਆਂ ਨੇ ਵਿਰੋਧੀਆਂ ਨੇ ਭੰਡਣਾ ਕਿਉਂਕਿ ਉਹਨਾਂ ਨੂੰ ਆਪ ਉਮੀਦਵਾਰ ਨਹੀਂ ਲੱਭ ਰਹੇ ਹੈਗੇ ਕਿ ਵੱਦਦਵਾ ਲੱਗੀ ਆ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਜ ਜਿੱਦਾਂ ਦਾ ਇਹਨਾਂ ਦੀ ਕਾਰਗੁਜ਼ਾਰੀ ਪੰਜਾਬ ਦੇ ਵਿੱਚ ਰਹੀ ਹੈ ਅੱਜ ਪਾਰਟੀ ਇਹਨਾਂ ਦੀ ਹਾਸੀਅਤੇ ਜਾ ਚੁੱਕੀ ਹੈ ਸੁਪਾਲ ਸਿੰਘ ਖੈਰਾ ਖੜੇ ਆ ਵਿੱਚ ਬੋਲ ਰਹੇ ਆ ਤੇ ਬੀਬੀ ਭੱਟਲ ਨਾਲ ਖੜੇ ਆ ਕਿ ਮੈਂ ਤਾਂ ਪਾਰਟੀ ਨੂੰ ਹਾਈ ਕਮਾਂਡ ਨੂੰ ਕਿਹਾ ਸੀ ਕਿ ਮੇਰੇ ਤੋਂ ਕਾਬਲ ਕੈਂਡੀਡੇਟ ਮਿਲਦਾ ਤੁਸੀਂ ਉਹਨੂੰ ਸੰਗਰੂਪ ਤੋਂ ਚੋਣ ਲੜਾ ਦਿਓ ਇਹ ਲੋਕੋ ਨੇ ਜਿਹੜੇ ਸਿਰਫ ਆਪਣਾ ਜਿਹੜਾ ਲਾਹਾ ਲੈਣ ਦੇ ਲਈ ਆਪਣੀ ਜਿਹੜੀ ਕੁਰਸੀ ਨੂੰ ਚਮਕਾਉਣ ਦੇ ਲਈ ਆਉਂਦੇ ਨੇ ਕਾਂਗਰਸ ਤਾਂ ਕਾਂਗਰਸ ਦੀ ਖੁਦ ਹੀ ਵੈਰੀ ਬਣੀ ਹੋਇਆ ਪੰਜਾਬ ਦੇ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਪੈਣੀਆਂ ਨੇ ਤਾਂ ਲਗਾਤਾਰ ਜਿਹੜਾ ਚੋਣ ਖਾੜਾ ਭਖਦਾ ਜਾ ਰਿਹਾ ਸੰਗਰੂਰ ਦੇ ਕੀ ਮੁੱਦੇ ਹੋਣਗੇ ਕਿਹੜੇ ਮੁੱਦਿਆਂ ਨੂੰ ਲੈ ਕੇ ਸੰਗਰੂਰ ਦੇ ਲੋਕਾਂ ਤੋਂ ਜਿਹੜੀ ਹੈਗੀ ਆਮ ਆਦਮੀ ਪਾਰਟੀ ਵੋਟਾਂ ਮੰਗ ਰਹੀ ਆ ਅਸਾਂ ਨਾਲ ਗੱਲਬਾਤ ਕਰਨ ਦੇ ਲਈ ਸੰਗਰੂਰ ਦੇ ਐਮਐਲਏ ਨਰਿੰਦਰ ਕੌਰ ਭਰਾਜ ਨੇ ਮੈਡਮ ਨਮਸਕਾਰ ਪਹਿਲਾਂ ਤਾਂ ਜੀ ਨਮਸਕਾਰ ਜੀ ਧੰਨਵਾਦ ਬਹੁਤ ਕਿਸ ਤਰੀਕੇ ਨਾਲ ਦੇਖਦੇ ਹੋ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਤੁਸੀਂ ਪ੍ਰਚਾਰ ਕਰ ਰਹੇ ਹੋ ਮੀਤਹਿਰ ਸਾਹਿਬ ਇਥੋਂ ਉਮੀਦਵਾਰ ਨੇ ਕਿੰਨਾ ਕੁ ਰਿਸਪਾਂਸ ਮਿਲ ਰਿਹਾ ਕਿਸ ਤਰੀਕੇ ਦਾ ਲੱਗ ਰਿਹਾ ਕਿ ਹਾਂ ਲੋਕ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਇਸ ਵਾਰ ਵੋਟਾਂ ਪਾਉਣਗੇ ਬਹੁਤ ਚੰਗਾ ਵਧੀਆ ਪੋਜ਼ੀਟਿਵ ਜਿਹੜਾ ਹੰਗਾਰਾ ਪਬਲਿਕ ਦੇ ਵੱਲੋਂ ਜਿਹੜਾ ਮਿਲ ਰਿਹਾ ਕਿਉਂਕਿ ਲਗਾਤਾਰ ਪਿੰਡਾਂ ਚ ਜਾ ਹੀ ਰਹੇ ਆ ਰੂਟੀਨ ਚ ਜਾ ਰਹੇ ਆ ਤੇ ਕੱਲ ਵੀ ਜਾ ਕੇ ਆ ਅੱਜ ਵੀ ਮੰਡੀਆਂ ਚ ਵੀ ਗਏ ਆ ਔਰ ਅੱਜ ਸ਼ਹਿਰ ਦੀਆਂ ਜਿਹੜੀਆਂ ਮੀਟਿੰਗ ਸੀਗੀਆਂ ਬਾਈ ਮੀਠੇਰ ਜੀ ਹੁਣੇ ਇੱਥੋਂ ਗਏ ਆ ਸੰਗਰੂਰ ਤੋਂ ਸੋ ਵਧੀਆ ਪੋਜ਼ਿਟਿਵ ਹੰਗਾਰਾ ਔਰ ਮੁੱਦੇ ਸਾਰੇ ਜਿਹੜੇ ਪੰਜਾਬ ਦੇ ਲੋਕਾਂ ਨਾਲ ਜਿਹੜੇ ਅਸੀਂ ਵਾਅਦੇ ਕੀਤੇ ਸੀਗੇ ਚਾਹੇ ਜਿਹੜੀ 300 ਯੂਨਿਟ ਬਿਜਲੀ ਦੀ ਗੱਲ ਹੋਵੇ ਚਾਹੇ ਰੋਜ਼ਗਾਰ ਦੀ ਗੱਲ ਹੋਵੇ ਚਾਹੇ ਕ腐ਸ਼ਨ ਦੇ ਖਿਲਾਫ ਹੋਵੇ ਸੋ ਚਾਹੇ ਜਿਹੜੀ ਸਿੱਖਿਆ ਕ੍ਰਾਂਤੀ ਦੀ ਗੱਲ ਹੋਵੇ ਚਾਹੇ ਸਿਹਤ ਸਹੂਲਤਾਂ ਦੀ ਮੁਹੱਲਾ ਕਲੀਨਿਕਸ ਦੀ ਗੱਲ ਹੋਵੇ ਸੋ ਅੱਜ ਹਰ ਉਹ ਵਾਅਦੇ ਜਿਹੜੇ ਅਸੀਂ ਕੀਤੇ ਸੀਗੇ ਲੋਕਾਂ ਦੇ ਨਾਲ तकरीबन ਮੈਂ ਕਹਿ ਸਕਦੇ ਕਿ 90% ਵਾਅਦੇ ਅਸੀਂ ਜਿਹੜੇ ਪੂਰੇ ਕੀਤੇ ਆ ਔਰ ਪਹਿਲੇ 2 ਸਾਲ ਚ ਕੀਤੇ ਆ ਤੇ ਉਹੀ ਜਿਹੜੇ ਕੰਮ ਨੇ ਜਿਹੜੇ ਲੋਕਾਂ ਦੇ ਵਿੱਚ ਜਾ ਰਹੇ ਆ ਔਰ ਲੋਕ ਇਹਨਾਂ ਕੰਮਾਂ ਨੂੰ ਆਪ ਜਿਹੜਾ ਗਿਣਾਉਂਦੇ ਆ ਕਾਫੀ ਵਿਰੋਧੀ ਨੇ ਕਿਤੇ ਨਾ ਕਿਤੇ ਸੀਟਾਂ ਨੂੰ ਲੈ ਕੇ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਬੰਦੇ ਨਹੀਂ ਮਿਲੇ ਜਾਂ ਮੀਤ ਹੇਰ ਕੈਬਨਿਟ ਮੰਤਰੀ ਸੀ ਜਾਂ ਹੋਰ ਮੰਤਰੀ ਸੀ ਉਹ ਦੀਦ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਵਿਰੋਧੀ ਪਾਰਟੀਆਂ ਜਿਨ੍ਹਾਂ ਦੀ ਅੱਜ ਮੈਂ ਕਹੂੰਗੀ ਕਿ ਸਿਆਸੀ ਹੋਂਦ ਉਹਨਾਂ ਪਾਰਟੀਆਂ ਦੀ ਜਿਹੜੀ ਇੱਕ ਸਵਾਲੀਆ ਚਿੰਤਾ ਤੇ ਖੜੀ ਹੋਈ ਹੈ ਸੋ ਅੱਜ ਉਹ ਲੋਕ ਜਿਹੜਾ ਐਦਾਂ ਦੇ ਜਿਹੜੇ ਸਵਾਲ ਕਰਦੇ ਆ ਖੁਦ ਤੁਸੀਂ ਸੰਗਰੂਰ ਦੇ ਵਿੱਚ ਦੇਖ ਲਓ ਕਾਂਗਰਸ ਦੇ ਵਿੱਚ ਅੱਜ ਇੱਥੋਂ ਕੈਂਡੀਡੇਟ ਆ ਜਿਹੜਾ ਉਹ ਸੰਗਰੂਰ ਛੱਡੋ ਤੁਸੀਂ ਮਾਲਵੇ ਦਾ ਵੀ ਨਹੀਂ ਹੈ ਸੋ ਅੱਜ ਭਲੱਤ ਤੋਂ ਲਿਆ ਕੇ ਇੱਥੇ ਕੈਂਡੀਡੇਟ ਖੜਾ ਕੀਤਾ ਗਿਆ ਸਿਮਰਨਜੀਤ ਸਿੰਘ ਮਾਨ ਸਾਹਿਬ ਉਹ ਜਿਹੜੇ ਫਤੇਗੜ ਸਾਹਿਬ ਉਹਨਾਂ ਨੂੰ ਲੋਕ ਸਭਾ ਸੀਟ ਪੈਂਦੀ ਆ ਅਕਾਲੀ ਦਲ ਦਾ ਉਮੀਦਵਾਰ ਆ ਜਿਹੜਾ ਉਹ ਚੁੰਦਾ ਸਾਬ ਦਾ ਅਮਰਗੜ ਹਲਕਾ ਜਿਹੜਾ ਲੋਕ ਸਭਾ ਉਹਨਾਂ ਨੂੰ ਵੀ ਜਿਹੜੀ ਫਤੇਗੜ ਸਾਹਿਬ ਪੈਂਦੀ ਆ ਸੋ ਮੀਤ ਹੇਰ ਜੀ ਇੱਕ ਆਮ ਪਰਿਵਾਰ ਤੋਂ ਨੇ ਇੱਕ ਆਮ ਪਰਿਵਾਰ ਤੋਂ ਇੱਕ ਨੌਜਵਾਨ ਨੂੰ ਪਾਰਟੀ ਨੇ ਟਿਕਟ ਦਿੱਤੀ ਐਮ ਐਲ ਏ ਬਰਨਾਲੇ ਦੇ ਲੋਕਾਂ ਨੇ ਬਣਾਇਆ ਦੂਸਰੀ ਵਾਰ ਟਿਕਟ ਦਿੱਤੀ ਫਿਰ ਬਰਨਾਲੇ ਦੇ ਲੋਕਾਂ ਨੇ ਐਮ ਐਲ ਏ ਬਣਾਤਾ ਪਾਰਟੀ ਨੇ ਮੰਤਰੀ ਬਣਾ ਸੋ ਪਾਰਟੀ ਜਦੋਂ ਟਿਕਟਾਂ ਦੇ ਕੇ ਐਮਐਲਏ ਮੰਤਰੀ ਬਣਾ ਸਕਦੀ ਹੈ ਤਾਂ ਪਾਰਟੀ ਲੋਕ ਸਭਾ ਇਲੈਕਸ਼ਨ ਵੀ ਲੜਾ ਸਕਦੀ ਹੈ ਸੋ ਇੱਕ ਆਮ ਪਰਿਵਾਰਾਂ ਦੇ ਧੀਆਂ ਪੋਤਾਂ ਨੂੰ ਨੌਜਵਾਨਾਂ ਨੂੰ ਪਾਰਟੀ ਅੱਗੇ ਲੈ ਕੇ ਆਈ ਹੈ ਸੋ ਸਾਰੇ ਜਿਹੜੇ ਚਿਹਰੇ ਨੇ ਆਮ ਹੀ ਨੇ ਪਾਰਟੀ ਦੇ ਚਿਹਰੇ ਨੇ ਜਿਹੜੇ ਜਿਨ੍ਹਾਂ ਨੂੰ ਚਿਹਰੇ ਵੀ ਪਾਰਟੀ ਉਹ ਬਣਾ ਰਹੀ ਹੈ ਸੋ ਐਦਾਂ ਦੀ ਕੋਈ ਗੱਲ ਹੀ ਹੈਗੀ ਵਿਰੋਧੀਆਂ ਨੇ ਵਿਰੋਧੀਆਂ ਨੇ ਭੰਡਣਾ ਕਿਉਂਕਿ ਉਹਨਾਂ ਨੂੰ ਆਪ ਉਮੀਦਵਾਰ ਨਹੀਂ ਲੱਭ ਰਹੇ ਹੈਗੇ ਸੋ ਐਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਦੇ ਰਹਿੰਦੇ ਆ ਛੋਟੀ ਉਮਰ ਤੋਂ ਤੁਸੀਂ ਰਾਜਨੀਤੀ ਦੇ ਵਿੱਚ ਆਏ ਸੀ ਕਾਫੀ ਚਰਚਾਵਾਂ ਦੇ ਵਿੱਚ ਰਹੇ ਹੋ ਵਿਰੋਧੀ ਧਿਰ ਦੇ ਵਿੱਚ ਰਹੇ ਸੀ ਉਦੋਂ ਕਿਦਾਂ ਦੇ ਹਾਲਾਤ ਸੀ ਤੇ ਹੁਣ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਕਈ ਲੋਕ ਸ਼ਿਕਾਇਤਾਂ ਵੀ ਲੈ ਕੇ ਆਉਂਦੇ ਨੇ ਕਈ ਲੋਕ ਨਾਰਾਜ਼ਗੀਆਂ ਵੀ ਲੈ ਕੇ ਆਉਂਦੇ ਨੇ ਤਾਂ ਫਰਕ ਕਿੰਨਾ ਕੁ ਦੇਖਦੇ ਹੋ ਅ ਦੇਖੋ ਵਿਰੋਧੀ ਧਿਰ ਦੇ ਵਿੱਚ ਜਦੋਂ ਅਸੀਂ ਸੀਗੇ ਅਸੀਂ ਹਰ ਇੱਕ ਉਸ ਮੁੱਦੇ ਤੇ ਮਸਲੇ ਤੇ ਖੜਦੇ ਸੀ ਜਿਹੜੇ ਲੋਕਾਂ ਨਾਲ ਜੁੜੇ ਹੋਏ ਆ ਔਰ ਬਤੌਰ ਹਲਕਾ ਵਾਧਿਕ ਸੰਗਰੂਰ ਦੇ ਲੋਕਾਂ ਨੇ ਮੇਰੇ ਤੇ ਇੰਨੀ ਛੋਟੀ ਉਮਰ ਦੇ ਵਿੱਚ ਵਿਸ਼ਵਾਸ ਦਿਵਾਇਆ ਉਹਨਾਂ ਦੀ ਮੈਂ ਰਣੀ ਆ ਹਮੇਸ਼ਾ ਤੇ ਅੱਜ ਖੁਸ਼ੀ ਹੁੰਦੀ ਆ ਜਦੋਂ ਕੋਈ ਛੋਟਾ ਜਿਹਾ ਕੰਮ ਵੀ ਲੋਕਾਂ ਦੇ ਲਈ ਕਰਦੇ ਆ ਤਾਂ ਉਹਨਾਂ ਦੇ ਵਿੱਚ ਜਿਹੜੀ ਉਹਨਾਂ ਕੰਮਾਂ ਨੂੰ ਲੈ ਕੇ ਜਿਹੜੀ ਉਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਭਾਵਨਾਵਾਂ ਨੇ ਜਿਹੜੀਆਂ ਉੱਪਰ ਗਟਾਉਂਦੇ ਨੇ ਦਾ ਮਤਲਬ ਉਸ ਚੀਜ਼ ਦਾ ਕੋਈ ਮੁੱਲ ਨਹੀਂ ਹੈਗਾ ਅੱਜ ਦੇ ਟਾਈਮ ਸੋ ਖੁਸ਼ੀ ਵੀ ਹੁੰਦੀ ਹੈ ਤੇ ਚੈਲੰਜ ਵੀ ਹੁੰਦੇ ਆ ਕਾਫੀ ਜਿਹੜੇ ਚੀਜ਼ਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਕਾਫੀ ਚੈਲੰਜ ਜਿਨ੍ਹਾਂ ਦਾ ਸਾਨੂੰ ਸਾਹਮਣਾ ਵੀ ਕਰਨਾ ਪੈਂਦਾ ਰੋਜ਼ ਹਰ ਰੋਜ਼ ਕੁਝ ਨਵਾਂ ਸਿੱਖਣ ਨੂੰ ਵੀ ਮਿਲਦਾ ਗਲਤੀਆਂ ਵੀ ਹੁੰਦੀਆਂ ਨੇ ਕਿਉਂਕਿ ਜਦੋਂ ਤੁਸੀਂ ਕੁਝ ਨਾ ਕੁਝ ਕਰਦੇ ਹੋ ਤਾਂ ਤੁਹਾਡੇ ਤੋਂ ਗਲਤੀਆਂ ਸੁਭਾਵਿਕ ਜਿਹੜਾ ਕੁਝ ਕਰਦਾ ਹੀ ਨਹੀਂ ਤਾਂ ਉਹ ਤਾਂ ਗਲਤੀ ਵੀ ਕੀ ਕਰੂਗਾ ਸੋ ਜਿਹੜਾ ਕੁਝ ਨਾ ਕੁਝ ਕਰੂਗਾ ਉਹ ਚੰਗਾ ਵੀ ਕਰੂਗਾ ਤੇ ਮਾੜਾ ਵੀ ਕਰੂਗਾ ਸੋ ਬਹੁਤ ਖੁਸ਼ੀ ਹੋ ਰਹੀ ਹੈ ਔਰ ਪਾਰਟੀ ਨਾਲ ਜਿਹੜੀ ਪਾਰਟੀ ਨਾਲ ਜਿਹੜੀ ਸੋਚ ਨਾਲ ਚੱਲੇ ਸੀਗੇ ਅੱਜ ਉਹ ਲੋਕਾਂ ਦੀਆਂ ਜਿਹੜੀਆਂ ਕਿਉਂਕਿ ਮੈਂ ਜੇ ਗੱਲ ਕਰਾਂ ਸਭ ਤੋਂ ਪਹਿਲੀ ਗਰੰਟੀ ਅਸੀਂ ਬਿਜਲੀ ਦੀ ਦਿੱਤੀ ਸੀ ਆਪੋਜੀਸ਼ਨ ਟਾਈਮ ਸੀਗਾ ਤੇ ਜਦੋਂ ਇਹ ਗਰੰਟੀ ਦਿੱਤੀ ਤਾਂ ਇੱਕ ਇੱਕਦਮ ਸਾਡੇ ਮਨ 'ਚ ਵੀ ਆਇਆ ਅਸੀਂ ਵੀ ਪਾਰਟੀ ਨੂੰ ਸਵਾਲ ਕੀਤਾ ਸੀ ਕਿ ਆਪਾਂ ਐਡਾ ਵੱਡਾ ਵਾਅਦਾ ਕਰ ਰਹੇ ਹਾਂ ਇਹ ਪੂਰਾ ਕਿਵੇਂ ਹੋਊਗਾ ਸੋ ਅੱਜ ਖੁਸ਼ੀ ਹੁੰਦੀ ਹੈ ਕਿ ਅੱਜ ਸਰਕਾਰ ਦੇ ਵਿੱਚ ਆ ਕੇ ਐਦਾਂ ਦੇ ਜਿਹੜੇ ਵੱਡੇ ਵਾਅਦੇ ਸੀ ਅਸੀਂ ਲੋਕਾਂ ਨਾਲ ਪੂਰੇ ਕੀਤੇ ਆ ਲੋਕ ਸਭਾ ਸੀਟ ਨੂੰ ਲੈ ਕੇ ਚੋਣਾ ਚੱਲ ਰਹੇ ਹਨ ਪਰ ਵਿਧਾਨ ਸਭਾ ਸੀਟ ਨੂੰ ਲੰਬੇ ਸਮੇਂ ਬਾਅਦ ਰਾਜਨੀਤੀ ਦੇ ਵਿੱਚ ਐਮ ਐਲ ਏ ਇੱਕ ਔਰਤ ਮਿਲੀ ਸੀ ਨਰਿੰਦਰ ਕੌਰ ਭਰਾਜ ਤਾਂ ਹੁਣ ਲੋਕਾਂ ਦੇ ਵਿੱਚ ਜਾ ਰਹੇ ਹਾਂ ਔਰਤਾਂ ਦਾ ਕਿਹੜਾ ਮੁੱਦਾ ਤੁਸੀਂ ਮੁੱਖ ਰੱਖਦੇ ਹੋ ਜਿਹਨੂੰ ਲੈ ਕੇ ਲੋਕਾਂ ਦੇ ਘਰ ਘਰ ਜਾ ਰਹੇ ਹੋ ਦੇਖੋ ਔਰਤਾਂ ਨੇ ਜਿਹੜੀਆਂ ਹਰ ਇੱਕ ਮਸਲੇ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਅੱਜ ਦੀ ਜਿਹੜੀ ਔਰਤ ਆ ਇੱਕ ਪੜ੍ਹੀ ਲਿਖੀ ਔਰਤ ਆ ਜਿਹੜੀ ਸਮਾਜ ਦੇ ਹਰ ਖੇਤਰ ਦੇ ਵਿੱਚ ਅੱਜ ਮੱਲਾ ਮਾਰ ਰਹੀ ਹੈ ਸੋ ਅਸੀਂ ਜਿੰਨਾ ਉਹਨਾਂ ਦੀ ਸੇਫਟੀ ਲਈ ਜਿੰਨਾ ਉਹਨਾਂ ਦੇ ਲਈ ਕਰ ਸਕਦੇ ਆ ਅੱਜ ਜਦੋਂ ਬਿਜਲੀ ਦਾ ਬਿੱਲ ਆਉਂਦਾ ਤਾਂ ਉਹ ਘਰੇ ਇੱਕ ਔਰਤ ਹੁੰਦੀ ਹੈ ਜਿਹੜੀ ਬਿੱਲ ਫੜਦੀ ਹੈ ਤੇ ਉਹ ਅੱਜ ਜਦੋਂ ਜ਼ੀਰੋ ਆਉਂਦਾ ਤਾਂ ਔਰਤਾਂ ਦੇ ਵਿੱਚ ਇੱਕ ਵੱਡੀ ਖੁਸ਼ੀ ਜਿਹੜੀ ਉਸ ਜੀ ਨੂੰ ਲੈ ਕੇ ਅੱਜ ਜਦੋਂ ਰੋਜ਼ਗਾਰ ਦੀ ਗੱਲ ਕਰਦੇ ਆ ਪੰਡਾਂ 'ਚ ਜਾਂਦੇ ਆ ਤਾਂ ਮਾਵਾਂ ਨੇ ਆਪਣੇ ਪੁੱਤਾਂ ਲਈ ਗੱਲ ਕਰਦੀਆਂ ਨੇ ਕਿ ਸਾਡੇ ਪੁੱਤ ਨੂੰ ਕੋਈ ਨੌਕਰੀ ਮਿਲ ਜਾਵੇ ਅੱਜ ਜਦੋਂ ਉਹਨਾਂ ਮਾਵਾਂ ਦੇ ਪੁੱਤਾਂ ਨੂੰ ਅੱਜ ਧੀਆਂ ਨੂੰ ਨੌਕਰੀਆਂ ਮਿਲਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਖੁਸ਼ੀ ਆ ਉਹਨਾਂ ਦੇ ਚਿਹਰਿਆਂ ਤੋਂ ਜਿਹੜੀ ਸਾਫ਼ ਦਿਖਾਈ ਦਿੰਦੀ ਆ ਸੋ ਔਰਤਾਂ ਦੇ ਲਈ ਲਗਾਤਾਰ ਲੱਗੇ ਹੋਏ ਆ ਉਹਨਾਂ ਦੇ ਲਈ ਹਰ ਇੱਕ ਉਹ ਸੰਭਵ ਕੋਸ਼ਿਸ਼ ਜਿਹੜੀ ਇੱਕ ਔਰਤ ਅੱਜ ਸਮਾਜ ਦੇ ਵਿੱਚ ਅੱਗੇ ਵੱਧ ਸਕੇ ਉਹਨਾਂ ਚੀਜ਼ਾਂ ਦੇ ਉੱਤੇ ਲਗਾਤਾਰ ਕਰ। ਔਰਤਾਂ ਨੂੰ ਲੈ ਕੇ ਇੱਕ ਹੋਰ ਸਭ ਤੋਂ ਵੱਡੀ ਆਪਣੇ ਵੱਲੋਂ ਰੱਖੀ ਗਈ ਸੀ ਪੈਨਸ਼ਨ ਵਾਲੀ ਜਿਹੜਾ 1000 ਰੁਪਏ ਪੈਨਸ਼ਨ ਵਾਲੀ ਉਹ ਜਿਹੜੀ ਡਿਮਾਂਡ ਉਹ ਵੀ ਕਿਤੇ ਨਾ ਕਿਤੇ ਔਰਤਾਂ ਉਡੀਕ ਦੇ ਵਿੱਚ ਨੇ। ਹਾਂ ਬਿਲਕੁਲ ਹੈਗੀਆਂ ਨੇ ਔਰ ਅਸੀਂ ਵਾਅਦਾ ਕੀਤਾ ਤੇ ਉਹਨੂੰ ਵਾਅਦੇ ਨੂੰ ਅਸੀਂ ਪੂਰਾ ਵੀ ਜਿਹੜਾ ਕਰਾਂਗੇ ਕਿਉਂਕਿ 5 ਸਾਲ ਦੇ ਵਿੱਚੋਂ ਸਾਨੂੰ 2 ਸਾਲ ਦਾ ਜਿਹੜਾ ਸਮਾਂ ਜੇ ਹੋਇਆ। ਔਰ ਮੈਂ ਆਪ ਬਕਾਇਦਾ ਇਸ ਸਟੇਜਾਂ ਤੋਂ ਇਸ ਚੀਜ਼ ਦਾ ਸੀ ਵੀ ਜਿਹੜਾ ਰੱਖਿਆ ਸੀਗਾ ਲੋਕਾਂ ਦੇ ਵਿੱਚ ਔਰ ਹੁਣ ਵੀ ਚਾਹੀਦਾ ਹੋ ਜੂਗਾ ਕਿਉਂਕਿ ਜਿਹੜੀ ਸਰਕਾਰ ਹੈ ਉਹ ਇੱਕ ਪਰਿਵਾਰ ਦੀ ਤਰ੍ਹਾਂ ਹੁੰਦੀ ਹੈ ਤੇ ਇੱਕ ਪਰਿਵਾਰ ਦਾ ਜਿਵੇਂ ਸਾਡਾ ਘਰ ਦਾ ਬਜਟ ਹੁੰਦਾ ਉਸੇ ਤਰ੍ਹਾਂ ਪੰਜਾਬ ਦੇ ਜਿਹੜਾ ਬਜਟ ਹੁੰਦਾ ਪੰਜਾਬ ਸਾਡਾ ਪਰਿਵਾਰ ਆ ਸੋ ਕੁਝ ਹੀ ਜਨ ਜਿਹੜੀਆਂ ਪ੍ਰਾਇੋਰਟੀ ਤੇ ਜਿਹੜੀਆਂ ਅੱਜ ਸਮੇਂ ਦੀ ਜਿਹੜੀ ਲੋੜਾਂ ਹਨ ਉਹਨਾਂ ਨੂੰ ਕਰਦੇ ਕਰਦੇ 3 ਸਾਲ ਦੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਉਹ ਚੀਜ਼ਾਂ ਨੂੰ ਵੀ ਅਸੀਂ ਜ਼ਰੂਰ ਜਿਹੜਾ ਪੂਰਾ ਕਰਾਂਗੇ ਸੰਗਰੂ ਲੋਕ ਸਭਾ ਸੀਟ ਆਮ ਆਦਮੀ ਪਾਰਟੀ ਦਾ ਗੜ ਮੰਨੀ ਜਾਂਦੀ ਹੈ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੋ ਵਾਰ ਇੱਥੋਂ ਐਮਪੀ ਰਹੇ ਨੇ ਤੇ ਹੁਣ ਮੁਕਾਬਲਾ ਸੰਗਰੂ ਲੋਕ ਸਭਾ ਸੀਟ ਤੋਂ ਕਿਦਣਾ ਦੇਖਦੇ ਹਾਂ ਕਿਉਂਕਿ ਪਾਰਟੀਆਂ ਨੇ ਵੱਡੇ ਵੱਡੇ ਚਿਹਰੇ ਇੱਥੇ ਲਿਆ ਕੇ ਆਪਣੇ ਪੇਸ਼ ਕੀਤੇ ਨੇ ਦੇਖੋ ਪਾਰਟੀਆਂ ਦੇ ਵੱਡੇ ਚਿਹਰੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਅ ਅਕਾਲੀ ਦਲ ਦੀ ਗੱਲ ਕਰ ਲਈਏ ਕਮਾਲ ਸਿੰਘ ਝੁੰਦਾ ਜਿਹੜੇ ਕਿ ਸਿਆਸਤੋਂ ਲਗਾਤਾਰ ਜਿਹੜਾ ਸਾਈਡ ਤੇ ਰਹੇ ਨੇ ਸੋ ਅੱਜ ਕਿਉਂਕਿ ਇਹਨਾਂ ਨੂੰ ਕੋਈ ਇਲੈਕਸ਼ਨ ਨਹੀਂ ਲੜ ਰਿਹਾ ਕੋਈ ਢੀਂਸਾ ਪਰਿਵਾਰ ਹੈ ਅੱਜ ਤੁਸੀਂ ਦੇਖ ਲਓ ਸਾਰਿਆਂ ਨੂੰ ਛੱਡ ਕੇ ਅੱਜ ਮਤਲਬ ਕਿੱਦਾਂ ਦੇ ਇਹਨਾਂ ਨੇ ਕਿਹੋ ਜਿਹੇ ਜਿਹੜੇ ਚਿਹਰੇ ਅੱਜ ਜਿਹੜੇ ਲੋਕਾਂ ਦੇ ਵਿੱਚ ਲੈ ਕੇ ਆ ਰਹੇ ਆ ਤਾਂ ਪਰਿਵਾਰ ਦੀ ਤੁਹਾਨੂੰ ਮੈਂ ਇੱਕ ਵਾਰ ਗੱਲ ਤੁਸੀਂ ਦੋਰੀਆ ਤਾਂ ਉਹ ਨਾਰਾਜ਼ਗੀ ਚੱਲ ਰਹੀ ਹੈ ਤੁਹਾਨੂੰ ਵੀ ਪਤਾ ਹੋਊਗਾ ਇਤਨਾ ਕਿਤੇ ਉਹ ਇਤਰਾਜ਼ ਜਤਾ ਰਹੇ ਨੇ ਕਿ ਸਾਡੇ ਨਾਲ ਵਾਅਦਾ ਕੀਤਾ ਸੀ ਗੱਠ ਬੰਦਨ ਤੋਂ ਪਹਿਲਾਂ ਜਦੋਂ ਦੁਬਾਰਾ ਘਰ ਵਾਪਸੀ ਹੋਈ ਆ ਪਰ ਹੁਣ ਬਿਲਕੁਲ ਜਵਾਬ ਦੇ ਰਹੇ ਨੇ ਢੀਂਸਾ ਸਾਹਿਬ ਕਹਿੰਦੇ ਅਸੀਂ ਨਹੀਂ ਸਮਰਥਨ ਦੇਣਾ ਅਕਾਲੀ ਦਲ ਨੂੰ ਉਹ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਆਂ ਦੇਖੋ ਇਹ ਲੋਕਾਂ ਦੀ ਮੈਂ ਕਹੂੰਗੀ ਕਿ ਵੱਦਵਾ ਲੱਗੀ ਆ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਜਿਹ ਜਿੱਦਾਂ ਦਾ ਇਹਨਾਂ ਦੀ ਕਾਰਗੁਜ਼ਾਰੀ ਪੰਜਾਬ ਦੇ ਵਿੱਚ ਰਹੀ ਹੈ ਅੱਜ ਪਾਰਟੀ ਇਹਨਾਂ ਦੀ ਹਾਸੀਅਤ ਜਾ ਚੁੱਕੀ ਹੈ ਜਿਹੜੇ ਫੈਸਲੇ ਨੂੰ ਪਰਮਾਤਮਾ ਕਹਿੰਦੀ ਰਹਿੰਦੇ ਵੀ ਮਤ ਮਾਰਦਾ ਸੋ ਅੱਜ ਉਹੋ ਜਿਹੇ ਫੈਸਲੇ ਨੇ ਅੱਜ ਸੰਗਰੂਰ ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਨੇ ਕੈਂਡੀਡੇਟ ਦੀ ਚੋਣ ਕੀਤੀ ਆ ਔਰ ਲੋਕਾਂ ਦੇ ਵਿੱਚ ਢੀਂਸਾ ਪਰਿਵਾਰ ਦੇ ਨਾਲ ਹਾਲਾਂਕਿ ਹਮਦਰਦੀ ਹੈ ਔਰ ਬਾਕੀ ਦੇਖੋ ਹਰ ਕੋ ਲੈਣ ਦੀ ਗੱਲ ਕਰਦਾ ਹੈ ਨਾ ਔਰ ਇਸੇ ਤਰ੍ਹਾਂ ਕਾਂਗਰਸ ਦਾ ਉਮੀਦਵਾਰ ਲੈ ਲਓ ਮੈਂ ਤਾਂ ਕੱਲ ਵੀਡੀਓ ਅਸੀਂ ਸੁਣ ਰਹੇ ਸੀਗੇ ਸੁਖਪਾਲ ਸਿੰਘ ਖਹਿਰਾ ਖੜੇ ਆ ਵਿੱਚ ਬੋਲ ਰਹੇ ਆ ਔਰ ਨਾਲ ਉਹਨਾਂ ਦੇ ਦਲਵੀਰ ਸਿੰਘ ਗੋਲਡੀ ਤੇ ਹੋਰ ਇਹਨਾਂ ਦੇ ਜਿਹੜੇ ਲੋਕਲ ਐਮਐਲਏ ਹੈਗੇ ਆ ਲੀਡਰ ਖੜੇ ਆ ਤੇ ਬੀਬੀ ਪੱਠੜ ਨਾਲ ਖੜੇ ਆ ਤੇ ਉਹ ਬੜੇ ਆਰਾਮ ਦੇ ਨਾਲ ਮਤਲਬ ਕਹਿ ਰਹੇ ਨੇ ਕਿ ਮੈਂ ਤਾਂ ਪਾਰਟੀ ਨੂੰ ਹਾਈ ਕਮਾਂਡ ਨੂੰ ਕਿਹਾ ਸੀ ਕਿ ਮੇਰੇ ਤੋਂ ਕਾਬਲ ਕੈਂਡੀਡੇਟ ਮਿਲਦਾ ਤੁਸੀਂ ਉਹਨੂੰ ਸੰਗਰੂਰ ਤੋਂ ਚੋਣ ਲੜਾ ਦਿਓ ਤੇ ਉਹ ਨਾਲ ਖੜੇ ਲੀਡਰ ਮਤਲਬ ਬੜਾ ਆਰਾਮ ਦੇ ਨਾਲ ਉਹ ਕੱਲੀ ਸੰਗਰੂਰ ਮੈਂ ਕਹੂੰਗੀ ਕਿ ਇੱਥੋਂ ਦੀ ਜਿਹੜੀ ਲੀਡਰਸ਼ਿਪ ਉਹ ਆਪਦੀ ਨਹੀਂ ਉਹ ਸੰਗਰੂਰ ਦੇ ਲੋਕਾਂ ਦੀ ਮਾਲਵੇ ਦੇ ਲੋਕਾਂ ਦੀ ਜਿਹੜੀ ਇਨਸਲਟ ਜਿਹੜੀ ਕਰਾ ਰਹੇ ਨੇ ਸੋ ਲੋਕ ਚੁੱਪ ਨੇ ਸੋ ਅੱਜ ਕਿਉਂਕਿ ਇਹ ਲੋਕ ਉਹ ਨੇ ਜਿਹੜੇ ਸਿਰਫ ਆਪਣਾ ਜਿਹੜਾ ਲਾਹਾ ਲੈਣ ਦੇ ਲਈ ਆਪਣੀ ਜਿਹੜੀ ਕੁਰਸੀ ਨੂੰ ਚਮਕਾਉਣ ਦੇ ਲਈ ਆਉਂਦੇ ਨੇ ਲੋਕਾਂ ਦੀਆਂ ਭਾਵਨਾਵਾਂ ਕੀ ਨੇ ਲੋਕਾਂ ਦੇ ਲਈ ਜੀ ਕੁਝ ਕੀਤਾ ਹੁੰਦਾ ਪਿਛਲੇ ਸਮੇਂ ਦੇ ਵਿੱਚ ਜਦੋਂ ਇਹਨਾਂ ਨੂੰ ਮੌਕਾ ਮਿਲਿਆ ਸੀ ਤਾਂ ਅੱਜ ਇਹਨਾਂ ਨੂੰ ਇਹ ਦਿਨ ਨਹੀਂ ਦੇਖਣੇ ਪਏ ਸੀ ਫੈਰਾ ਸਾਹਿਬ ਨੇ ਆਫਰ ਕਰ ਦਿੱਤੀ ਢੀਂਸਾ ਪਰਿਵਾਰ ਨਾਲ ਕਹਿੰਦੇ ਤੁਸੀਂ ਨਰਾਜ਼ ਚੱਲ ਰਹੇ ਹੋ ਸਾਡੇ ਨਾਲ ਆਓ ਸਾਰਨਾ ਰਲ ਕੇ ਆਪਾਂ ਇਕੱਠੇ ਸੰਗਰੂਰ ਤੋਂ ਚੋਣਾ ਲੜਾਂਗੇ ਅਗਰ ਇਕੱਠੇ ਹੁੰਦੇ ਨੇ ਤਾਂ ਲੱਗਦਾ ਵੀ ਜ਼ਿਆਦਾ ਮੌਜੂਦਤੀ ਹੋ ਜੂਗੀ ਕਿਉਂਕਿ ਢੀਂਸਿਆਂ ਦਾ ਵੀ ਕਿਤਨਾ ਕਿਤੇ ਪੁਰਾਣੇ ਸਮੇਂ 'ਚ ਗੜ ਮੰਨਿਆ ਜਾਂਦਾ ਸੰਗਰੂਰ ਦੇਖੋ ਜੋ ਮਰਜ਼ੀ ਕਰ ਲੈਣ ਅੱਜ ਇਹ ਆਪਣੀ ਜਿਹੜੀ ਸਿਆਸੀ ਜ਼ਮੀਨ ਆ ਜਿਹੜੀ ਉਹਨੂੰ ਤਲਾਸ਼ ਰਹੇ ਨੇ ਕਾਂਗਰਸ ਨੂੰ ਤਾਂ ਮੈਨੂੰ ਲੱਗਦਾ ਕਿ ਕਿਸੇ ਨੂੰ ਕਾਂਗਰਸ ਦੇ ਨਾਲ ਛੇੜਖਾਨੀ ਕਰਨ ਦੀ ਜਾਂ ਕਿਸੇ ਚੀਜ਼ ਦੀ ਲੋੜ ਹੈ ਨਹੀਂ ਕਾਂਗਰਸ ਤਾਂ ਕਾਂਗਰਸ ਦੀ ਇਹ ਖੁਦ ਹੀ ਵੈਰੀ ਬਣੀ ਹੋਇਆ ਤੁਸੀਂ ਤੁਹਾਡੇ ਸਾਹਮਣੇ ਆ ਆ ਤੁਸੀਂ ਸਾਰਾ ਚੋਣਾਂ ਦੇ ਵਿੱਚ ਦੇਖੋਗੇ ਪੰਡਾਂ ਦੇ ਵਿੱਚ ਜਾਓਗੇ ਇਹਨਾਂ ਦੇ ਕੇਡਰ ਦਾ ਕੀ ਹਾਲ ਹੈ ਸੋ ਇਹ ਲੋਕ ਜਿਹੜੇ ਹੈਗੇ ਨੇ ਸਿਰਫ ਕਿਉਂਕਿ ਉਹਨਾਂ ਨੂੰ ਪਤਾ ਵੀ ਅਕਾਲੀ ਦਲ ਤੋਂ ਨਾਰਾਜ਼ ਨੇ ਤੇ ਅਸੀਂ ਨੇੜੇ ਲਾ ਲੀਏ ਸੋ ਉਹ ਟੀਨਸਾ ਪਰਿਵਾਰ ਨੇ ਦੇਖਣਾ ਕਿ ਉਹਨਾਂ ਨੇ ਕੀ ਫੈਸਲਾ ਲੈਣਾ ਉਹਨਾਂ ਦਾ ਅਧਿਕਾਰ ਹੈ ਬਾਕੀ ਲੋਕ ਕਿਉਂਕਿ ਲੋਕ ਨੇ ਜਿਹੜੇ ਉਹ ਹੁਣ ਉਹ ਅੱਗੇ ਵਾਲਾ ਟਾਈਮ ਨਹੀਂ ਹੈਗਾ ਕਿ ਤੁਸੀਂ ਇੱਕ ਜਿਹੜਾ ਲੀਡਰ ਨੇ ਕਹਿਤਾ ਤੇ ਉਧਰ ਜਿਹੜੇ ਵੋਟ ਪਾ ਦੇਣਗੇ ਸੋ ਲੋਕ ਨੇ ਪੜ੍ਹੇ ਲਿਖੇ ਲੋਕ ਨੇ ਜਿਹੜਾ ਅੱਜ ਦਾ ਵੋਟਰ ਬਹੁਤ ਅਵੇਅਰ ਆ ਜਾਗਰੂਕ ਆ ਸੋ ਉਹ ਕੰਮਾਂ ਨੂੰ ਵੀ ਦੇਖਦੇ ਨੇ ਲੀਡਰਾਂ ਨੂੰ ਵੀ ਦੇਖਦੇ ਨੇ ਉਹਨਾਂ ਦੇ ਕਰਤਾਰ ਵੀ ਦੇਖਦੇ ਨੇ ਫਿਰ ਜਾ ਕੇ ਜਿਹੜੇ ਉਹ ਚੋਣਾਂ ਦੇ ਵਿੱਚ ਲੋਕਾਂ ਦਾ ਸਾਥ ਦਿੰਦੇ ਨੇ ਸੋ ਇਸ ਚੋਣ ਦੇ ਵਿੱਚ ਸਾਰਾ ਕੁਝ ਜਿਹੜਾ ਬੜੀ ਤਸਵੀਰ ਆ ਜਿਹੜੀ ਥੋੜੇ ਦਿਨਾਂ ਤੱਕ ਜਿਹੜੀ ਕਲੀਅਰ ਹੋ ਜਾਣੀ ਆ ਔਰ ਜਿਸ ਤਰੀਕੇ ਦੇ ਨਾਲ ਅੱਜ ਸੰਗਰੂਰ ਦੇ ਵਿੱਚ ਲੋਕ ਸਭਾ ਦੇ ਵਿੱਚ ਜਿਹੜੀ ਚਰਚਾ ਆ ਉਹ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਜਿਹੜੀ ਕਿਸਾਨੀ ਮੁੱਦੇ ਲਗਾਤਾਰ ਪੰਜਾਬ ਚ ਚੱਲ ਰਹੇ ਨੇ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਹੋਇਆ ਰਿਹਾ ਪਰ ਨਾਲ ਹੁਣ ਹਮਿਤ ਹੀਰ ਨੂੰ ਵੀ ਕਿਤੇ ਨਾ ਕਿਤੇ ਕਿਸਾਨਾਂ ਦੇ ਵੱਲੋਂ ਵਾਰਨਿੰਗ ਦਿੱਤੀ ਗਈ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲਹਿਰਾਗਾਗਾ ਇਲਾਕੇ ਚ ਤੁਹਾਡਾ ਵੀ ਅਸੀਂ ਘਰਾਓ ਕਰਾਂਗੇ ਦੇਖੋ ਜਿਹੜੇ ਪੰਜਾਬ ਦੇ ਕਿਸਾਨੀ ਮੁੱਦੇ ਨੇ ਅੱਜ ਮੈਂ ਕੱਲ ਮੰਡੀਆਂ ਦੇ ਵਿੱਚ ਜਾ ਕੇ ਜਾਂ ਨਦਮਪੁਰ ਸਾਈਡ ਸਾਰੇ ਮੰਡੀਆਂ ਚ ਜਾ ਕੇ ਆ ਅੱਜ ਜ਼ਿੰਮੇਦਾਰ ਜਿਹੜਾ ਕਿਸਾਨ ਆ ਜਿਹੜਾ ਉਹ ਖੁਸ਼ ਕਿਉਂਕਿ ਦੇਖੋ ਇਵਨ ਮੈਨੂੰ ਨਦਾਮਪੁਰ ਮੰਡੀ ਚ ਬਜ਼ੁਰਗ ਕਹਿੰਦੇ ਭਾਈ ਸਾਨੂੰ ਐ ਲੱਗਦਾ ਜਿਵੇਂ ਭਗਵੰਤ ਮਾਨ ਜਿਹੜੀ ਮੋਟਰਾਂ ਦੀ ਲਾਈਟ ਦੀ ਸਵਿੱਚ ਦੱਬ ਕੇ ਤੇ ਸਵਿੱਚ ਬੰਦ ਕਰਨੀ ਭੁੱਲ ਗਏ ਹੋਣ ਤੇ ਉਹਨਾਂ ਨੂੰ ਦਿਨ ਦੇ ਦਿਨ ਦੇ ਵਿੱਚ ਬੜੇ ਆਰਾਮ ਦੇ ਨਾਲ ਆਪਣੀ ਫਸਲ ਭਰਦੇ ਨੇ ਤੇ ਸ਼ਾਮ ਨੂੰ ਦਿਨ ਖੜੇ ਆਪਣੇ ਘਰੇ ਵਾਪਸ ਆ ਜਾਂਦੇ ਨੇ ਅੱਜ ਉਹਨਾਂ ਨੂੰ ਮੰਡੀਆਂ ਦੇ ਵਿੱਚ ਰੋਲਣਾ ਨਹੀਂ ਪੈਂਦਾ ਉਹਨਾਂ ਦੀ ਫਸਲ ਦਾ ਨਾਲ ਜਿਹੜਾ ਸਮੇਂ ਸਿਰ ਜਿਹੜੀ ਉਹਨਾਂ ਨੂੰ ਉਹਨਾਂ ਦੀ ਫਸਲ ਦਾ ਜਿਹੜਾ ਮੁੱਲ ਮਿਲਦਾ ਔਰ ਜਿਹੜੀ ਫਸਲ ਆ ਉਹ ਜਿਹੜੀ ਵੇਚੀ ਜਾਂਦੀ ਹੈ ਸੋ ਹਾਰੀ ਕੋਸ ਮਸਲੇ ਦੇ ਚਾਹੇ ਅੱਜ ਐਮਐਸਪੀ ਨੂੰ ਲੈ ਕੇ ਜਾਂ ਪੰਜਾਬ ਦੇ ਬਾਕੀ ਮਸਲਿਆਂ ਨੂੰ ਲੈ ਕੇ ਕੇਂਦਰ ਦੇ ਜਿਹੜੇ ਖਿਲਾਫ ਜਿਹੜੇ ਧਰਨੇ ਮੁਜ਼ਾਰੇ ਹੋਏ ਨੇ ਪਹਿਲਾਂ ਦਿੱਲੀ ਦੇ ਵਿੱਚ ਹੋਏ ਨੇ ਦਿੱਲੀ ਦੀਆਂ ਬਰੂਹਾਂ ਤੇ ਹੋਏ ਨੇ ਅੱਜ ਵੀ ਜਿਹੜੇ ਹੋਏ ਨੇ ਸੋ ਪਹਿਲੀ ਵਾਰ ਹੋਇਆ ਕਿ ਪੰਜਾਬ ਦਾ ਮੁੱਖ ਮੰਤਰੀ ਰਾਤ ਦੇ 2-2 ਵਜੇ ਤੱਕ ਬੈਠ ਕੇ अर्ਲੀ ਮਾਰਨਿੰਗ 2-2 ਵਜੇ ਤੱਕ ਬੈਠ ਕੇ ਉਹਨਾਂ ਨੇ ਕਿਸਾਨਾਂ ਦੇ ਨਾਲ ਔਰ ਕੇਂਦਰ ਦੇ ਜਿਹੜੇ ਮਨਿਸਟਰਸ ਸੀ ਉਹਨਾਂ ਦੇ ਨਾਲ ਬੈਠ ਕੇ ਮੀਟਿੰਗਾਂ ਕੀਤੀਆਂ ਨੇ ਔਰ ਲੋਕ ਚੰਗੀ ਤਰ੍ਹਾਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਆ ਹਾਂ ਜਿਹੜੀ ਜਥੇਬੰਦੀ ਆ ਕੋਈ ਵੀ ਉਹਨਾਂ ਦੇ ਕੋਈ ਲੋਕਲ ਮੁੱਦੇ ਨੂੰ ਕਿਸੇ ਨੂੰ ਲੈ ਕੇ ਜਿਹੜੇ ਜੋ ਜ਼ਰੂਰ ਹੋ ਸਕਦੇ ਨੇ ਸੋ ਉਹਨਾਂ ਉੱਤੇ ਸੀ ਜਿਹੜਾ ਵਿਚਾਰ ਕਰ ਰਹੇ ਆ ਉਹਨਾਂ ਨੂੰ ਵੀ ਅਸੀਂ ਜਿਹੜਾ ਉਹਨਾਂ ਨੂੰ ਹੈਂਡਲ ਜਿਹੜਾ ਜ਼ਰੂਰ ਕਰਾਂਗੇ ਤਾਂ ਬਿਲਕੁਲ ਇਹਨਾਂ ਨਰਿੰਦਰ ਕੌਰ ਭਰਾਜ ਐਮਐਲਏ ਸੰਗਰੂਰ ਤਾਂ ਲਗਾਤਾਰ ਜਿਹੜੀ ਹੈਗੀ ਆ ਅਲੱਗ-ਅਲੱਗ ਹਲਕਿਆਂ ਦੇ ਵਿੱਚ ਜਿਹੜਾ ਹੈਗਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਇੱਕ ਜੂਨ ਨੂੰ ਜਿਹੜੀਆਂ ਵੋਟਾਂ ਨੇ ਪੈਣੀਆਂ ਨੇ ਤੇ ਮੈਡਮ ਭਰਾ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਸਾਡੇ ਕੰਮ ਨੂੰ ਦੇਖ ਕੇ ਸੰਗਰੂਰ ਦੇ ਲੋਕ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣਗੇ ਪਰ ਦੇਖਣਾ ਹੋਵੇਗਾ ਕਿ 4 ਜੂਨ ਨੂੰ ਸੰਗਰੂਰ ਦੇ ਲੋਕ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਦੇ ਗੱਲ ਦੇ ਵਿੱਚ ਜਿੱਤ ਦਾ ਹਾਰ ਪਾਉਂਦੇ ਨੇ ਚਰਨਜੀਤ ਕੌਸ਼ਲ ਸੰਗਰੂਰ ਤੋਂ న్యూਸ 24 ਪੰਜਾਬ